ਵਿੱਚ ਉਪਸਥਿਤ ਮੈਂ ਬੇਨਤੀ ਕਰਾਂਗਾ, ਇੱਕ ਮਿੰਟ ਚੁੱਪ ਕਰ ਜਾਂਦਾ ਪਲੀਜ਼। ਮੈਂ ਤੁਹਾਡੇ ਲਈ ਗੱਲ ਸਾਂਝਾ ਕਰਨਾ ਚਾਹੁੰਦਾ। ਧੰਨਵਾਦ ਇਸ ਗੱਲ ਦਾ ਨਹੀਂ ਕਿ ਤੁਸੀਂ ਹੁਮ ਹਮਾ ਕੇ ਇੱਥੇ ਪਹੁੰਚੇ। ਪਹਿਲਾਂ ਜਦੋਂ ਮੈਂ ਆਇਆ ਸੀ ਸਟੇਜ 'ਤੇ ਤਾਂ ਮੈਂ ਤੁਹਾਡਾ ਧੰਨਵਾਦ ਕੀਤਾ ਕਿ ਤੁਸੀਂ ਇੱਥੇ ਪਹੁੰਚੇ, ਪਰ ਹੁਣ ਮੈਂ ਧੰਨਵਾਦ ਇਸ ਕਰਕੇ ਕਰ ਰਿਹਾ ਕਿ ਤੁਸੀਂ ਸਾਨੂੰ ਸ਼ੀਸ਼ਾ ਦਿਖਾਇਆ, ਜੋ ਕਿ ਜਨਤਾ ਦਾ ਫਰਜ਼ ਹੈ। ਮਿੱਠੀਆਂ ਬੋਲੀਆਂ ਕਰਨੀਆਂ ਸਾਡੇ ਮੂੰਹ 'ਤੇ, ਸਾਡੀਆਂ ਤਾਰੀਫਾਂ ਕਰਨੀਆਂ, ਤਾਂ ਉੱਥੋਂ ਪਤਾ ਲੱਗਦਾ ਕਿ ਸਭ ਝੂਠ ਬੋਲ ਰਹੇ ਨੇ। ਜੋ ਸੱਚਾਈ ਹੈ ਤੁਸੀਂ ਬਿਆਨ ਕੀਤੀ, ਤੁਸੀਂ ਦੁਖੀ ਹੋ, ਤੁਹਾਡਾ ਦੁੱਖ ਉੱਭਰ ਕੇ ਸਾਹਮਣੇ ਆਇਆ। ਜੇ ਮੈਂ ਇਸ ਜ਼ਿਲ੍ਹੇ ਦਾ ਦੁਖੀ ਹੈ, ਉਸਦਾ ਸਾਰੀ ਜ਼ਿੰਮੇਵਾਰੀ ਮੇਰੀ ਬਣਦੀ ਹੈ, ਮੈਂ ਪਬਲਿਕਲੀ ਇਸ ਨੂੰ ਅਸੈਪਟ ਕਰਦਾ। ਜੇ ਕਦੇ ਅਸੀਂ ਫੇਲ ਹੈ ਤਾਂ ਮੇਰੀ ਇਹਦੇ ਵਿੱਚ ਪੂਰੀ ਸ਼ਮੂਲੀਅਤ ਹੈ। ਮੈਨੂੰ ਭਾਵੇਂ 3 ਮਹੀਨੇ ਹੋਏ ਆ, ਪਰ ਮੈਨੂੰ ਇੱਥੇ ਕੰਮ ਕਰਨਾ ਚਾਹੀਦਾ। ਦੂਸਰੀ ਗੱਲ, ਜਿੰਨੀ ਤਨਖਾਹਾਂ ਸਾਡੇ ਪੁਲਿਸ ਨੂੰ ਮਿਲਦੀਆਂ ਸ਼ਾਇਦ ਕਿਸੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਵੀ ਨਹੀਂ। 70,000 ਰੁਪਇਆ ਇਹ ਲੈਂਦੇ ਨੇ, 1.5 ਲੱਖ ਰੁਪਇਆ ਮੈਨੂੰ ਦਿੰਦੀ ਹੈ ਸਰਕਾਰ, ਘਰ ਦਿੰਦੀ ਹੈ, ਤੇਲ ਦਿੰਦੀ ਹੈ, ਐਸ਼ੋ ਆਰਾਮ ਕਰਾਉਂਦੇ ਸਨ। ਸਾਡੇ ਲਈ ਸ਼ਰਮ ਦੀ ਗੱਲ ਹੈ ਜੇ ਅਸੀਂ ਸੁਸਾਇਟੀ ਲਈ ਐਸੇ ਵਰਗ ਤੋਂ ਆਏ ਹਾਂ, ਲੋਕਾਂ ਨੂੰ ਰੋਟੀ ਨਹੀਂ ਮਿਲਦੀ, ਅਤੇ ਅਸੀਂ 70,000-80,000 ਲੱਖ ਰੁਪਇਆ ਲੈ ਕੇ ਆਪਣੇ ਫਰਜ਼ਾਂ ਤੋਂ ਭੱਜ ਰਹੇ। ਮੈਂ ਆਪਣੀ ਫੋਰਸ ਨੂੰ ਅਪੀਲ ਕਰਦਾ ਕਿ ਲੋਕਾਂ ਦੀ ਆਵਾਜ਼ ਸੁਣੋ। ਇਹ ਸਵਰਗ ਨਰਕ ਜਿਹੜਾ ਆਈ ਜੀ ਸਾਹਿਬ ਨੇ ਤਾਂ ਕਿਹਾ ਵੀ ਚਲੋ ਆਪਾਂ ਛੱਡ ਦਿੰਦੇ ਹਾਂ, ਪਰ ਮੈਂ ਤੁਹਾਨੂੰ ਕਹਿੰਦਾ ਸਵਰਗ ਨਰਕ ਇੱਥੇ ਹੀ ਹੈ। ਹਰਾਮ ਦੀ ਕਮਾਈ ਖਾਓਗੇ, ਬੱਚਿਆਂ ਤੱਕ ਜਾਊਗੀ। ਨਸ਼ਿਆਂ ਦੀ ਕਰਮ ਕਰੋਗੇ, ਤੁਹਾਡੇ ਜਵਾਕਾਂ ਤੱਕ ਕੋੜ ਪੈ ਜਾਣਾ। ਇਸ ਪੀੜ੍ਹੀ 'ਚ ਨਾ ਪਊਗਾ, ਅਗਲੀ ਪੀੜ੍ਹੀ 'ਚ ਪੈ ਜਾਊਗਾ, ਅਗਲੀ ਪੀੜ੍ਹੀ 'ਚ ਪੈ ਜਾਊਗਾ, ਤੀਜੀ ਪੈੜੀ। ਆਪਾਂ ਤਾਂ 7-7 ਪੀੜ੍ਹੀਆਂ ਦੇ ਪੈਸੇ ਇਕੱਠੇ ਕਰਨ ਕਰਨ ਨੂੰ ਫਿਰ। ਬਿਲਕੁਲ ਗੱਲ ਤੁਹਾਡੀ ਠੀਕ ਹੈ, ਬਿਲਕੁਲ ਖੁਸ਼ ਹਾਂ ਮੈਂ। ਮੈਂ ਇਸ ਕਰਕੇ ਨਹੀਂ ਕਿ ਮੇਰਾ ਸਿਰ ਝੁਕਦਾ, ਸਿਰ ਝੁਕਦਾ ਤੁਹਾਡੀ ਸੱਚਾਈ ਦੇ ਅੱਗੇ। ਬਿਲਕੁਲ ਸੱਚ ਬੋਲਿਆ ਤੁਸੀਂ, ਬਿਲਕੁਲ ਸੱਚ ਬੋਲਿਆ। ਭਰਿਆ ਪੀਤਾ ਮੈਂ ਹੈਗਾ, ਮੈਂ ਸਾਰੇ ਪਾਸੇ ਸੁਣੀ ਹੈ, ਨਲੈਕੀ ਹੈ ਸਾਡੀ, ਕਿਸੇ ਹੋਰ ਮਹਿਕਮੇ ਦੀ ਹੋਵੇ ਨਾ ਹੋਵੇ, ਵਿਜ਼ੀਬਲ ਬੈਂਕ ਸਾਡਾ, ਲਾ ਇਨਫੋਰਸਮੈਂਟ ਸਾਡੀ ਹੈ, ਜਿਹੜੀ ਤੁਸੀਂ ਕਹਿੰਦੇ ਹੋ ਆਮ ਬੀਬੀ ਆਈ। ਮੈਨੂੰ ਘਰ ਵਾਲੇ ਨੇ ਕੁੱਟ ਕੇ ਭੇਜਿਆ 12 ਵਜੇ, ਹੁਣ ਪੈਸੇ ਲੈਣੇ ਹੋਣ ਰਾਤ ਦੇ 3 ਵਜੇ ਘਰੇ ਚਲੇ ਜਾਣਗੇ। ਕੋਈ ਕਿਉਂਕਿ ਫਰਿਆਦੀ ਆ ਜਾਏ ਨਾ, ਟਾਈਮ ਹੈ ਨਹੀਂ, ਉੱਧਰ ਜਾਣਾ ਇੱਧਰ ਜਾਣਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਆਬਜ਼ਰਵੇਸ਼ਨ ਇਜ਼ ਐਬਸੋਲੂਟਲੀ ਰਾਈਟ। ਪੁਲਿਸ ਦੀ ਸਾਜ਼ ਬਾਜ ਤੋਂ ਬਗੈਰ ਕੁਛ ਵੀ ਨਹੀਂ ਹੋ ਸਕਦਾ। ਇਹ ਪੁਲਿਸ ਨੂੰ ਜਿਹੜੀਆਂ ਆਈ ਜੀ ਸਾਹਿਬ ਨੂੰ ਅਸੀਂ ਜੰਮ ਦਿੱਤੀ, DC ਸਾਹਿਬ ਇੱਥੇ ਬੈਠੇ ਨੇ, ਚੌਹਾਨ ਸਾਹਿਬ ਨੇ, ਅਸੀਂ ਸਾਰੀ ਉਮਰ ACਆਂ ਦੇ ਵਿੱਚ ਬੈਠੇ ਹਾਂ, ਸਰਹੱਦਾਂ ਦੇ ਇਹ ਲੋਕ ਲੜੀ ਜਾਂਦੇ ਨੇ। ਅਸੀਂ ਜਦੋਂ ਇਹ ਆਏ ਫਿਰ ਇਹਨਾਂ ਨੂੰ ਕੰਮ 'ਤੇ ਲਾਤਾ ਵੀ ਤੁਸੀਂ, ਇਹਨਾਂ ਨੂੰ ਤਾਂ ਚਾਹੀਦਾ ਸੀ ਅਸੀਂ ਇਹਨਾਂ ਨੂੰ ਸਨਮਾਨ ਕਰਦੇ, ਆਪਦੀ ਰਹਿੰਦੀ ਜ਼ਿੰਦਗੀ ਇਹ ਆਪਦਾ ਆਰਾਮ ਨਾਲ ਕੱਟਦੇ, ਅਸੀਂ ਫਿਰ ਇਹਨਾਂ ਨੂੰ ਕੰਮ 'ਤੇ ਲਾਤਾ, ਤੁਸੀਂ ਨਸ਼ੇ ਲਈ ਲੜੋ। ਅਸੀਂ ਕੀ ਕਰਦੇ ਪਏ, ਸਾਡੇ ਵੀ ਵਰਦੀ ਪਾਈ ਹੈ, ਜਿਹੜੀਆਂ ਕਾਲੀਆਂ ਭੇਡਾਂ, ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਪਬਲਿਕਲੀ ਕੋਈ ਇਸ ਵਿੱਚ ਹਰਜ ਨਹੀਂ, ਜਿਹੜਾ ਕਾਲੀਆਂ ਭੇਡਾਂ ਉਹ ਬੰਦੇ ਨੂੰ, ਉਹ ਵੀ ਬੰਦੇ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ। ਮੈਂ ਤੁਹਾਡਾ ਵਾਅਦਾ ਕਰਦਾ, ਮੈਂ ਇੱਥੇ SSP ਰਿਹਾ ਤਾਂ ਇਹਨਾਂ ਕਾਲੀਆਂ ਭੇਡਾਂ ਨੂੰ ਪਰਚਾ ਦੇ ਕੇ ਅੰਦਰ ਕਰਕੇ ਹੀ ਜਾਊਂ, ਔਰ ਇੱਥੋਂ ਬਦਲ ਕੇ ਜੇ ਕਿਸੇ ਸਰਕਾਰਾਂ ਨੂੰ ਕਿਤੇ ਹੋਰ ਭੇਜਿਆ ਅੱਖ ਰੱਖੂੰਗਾ, ਘੱਟੋ ਘੱਟ 20 ਇਸੇ ਸਾਲ ਦੇ ਵਿੱਚ ਪਰਚੇ ਦੇ ਕੇ ਅੰਦਰ ਕਰਕੇ ਜਾਊਂਗਾ ਸਰ। ਇੰਨਾ ਸਰਤਾਪ ਹੈ ਇਸ ਲੋਕਾਂ ਦੇ ਵਿੱਚ, ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਪੁਲਿਸ ਨੂੰ। ਮੈਂ ਇੱਥੇ ਧੰਨਵਾਦ ਕੀ ਕਰਾਂ, ਮੈਂ ਤਾਂ ਤੁਸੀਂ ਜਿਹੜਾ ਸ਼ੀਸ਼ਾ ਦਿਖਾਇਆ ਮੇਰੇ ਕੋਲ ਤਾਂ ਕੋਈ ਗੱਲ ਕਰਨ ਨੂੰ ਹੈ ਨਹੀਂ। ਮੈਂ ਕਹਾਂ ਜੀ ਤੁਸੀਂ ਆਏ, ਤੁਸੀਂ ਗਰਮੀ ਦਾ ਗਰਮੀ ਦਾ ਸਾਹਮਣਾ ਕਰਕੇ ਇੱਥੇ ਪਹੁੰਚੇ। ਗਰਮੀ ਦਾ ਕਈਆਂ ਭੈਣਾਂ ਦੇ ਸੁਹਾਗ ਉਜੜ ਗਏ, ਬੱਚੇ, ਜਿਹੜੀ ਬੀਬੀ ਰੋਈ ਜਾਂਦੀ ਹੈ, ਮੇਰੇ 3 ਬੱਚੇ ਹੈ, 3 ਨਸ਼ੇ ਦੇ ਵਿੱਚ ਹੈ, ਅਤੇ ਅਸੀਂ ਬੈਠੇ ਆਪਦੇ ਦਫ਼ਤਰਾਂ ਦੇ ਵਿੱਚ, ਆਪਦੀਆਂ ਗੱਡੀਆਂ ਦੇ ਵਿੱਚ, ਇੱਥੇ ਸਾਰੀਆਂ ਇੱਥੋਂ ਚਿੱਠੀਆਂ ਲਿਖ ਲਿਖ ਕੇ ਭੇਜੀਆਂ, ਸਭ ਅੱਛਾ ਹੈ, ਆਹ ਅੱਛਾ ਹੈ ਜੋ ਦਿਖ ਰਿਹਾ ਹੈ। ਇਸ ਕਰਕੇ ਮੈਂ ਇਹ ਕਹਿੰਦਾ ਤੁਸੀਂ ਬਿਲਕੁਲ ਖੁੱਲ੍ਹ ਕੇ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਜੇ ਅਸੀਂ ਸੋਚੀਏ ਉਹ ਕੀ ਕਹਿ ਦੂਗਾ, ਅਸੀਂ ਇੱਕ ਥਾਂ 'ਤੇ ਗਏ ਸੀ, ਉਹ ਕਹਿੰਦੇ ਸੀ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ, ਉਹਨਾਂ ਨੇ ਸਾਡੀਆਂ ਲੱਤਾਂ ਤੁੜਵਾ ਦਿੱਤੀਆਂ, ਉਹ ਫੌਜੀਆਂ ਨੇ ਤਾਂ ਆਪਣੀਆਂ ਜਾਨਾਂ ਦੇ ਦਿੱਤੀਆਂ, ਫਿਰ ਕੀ ਹੋ ਗਿਆ, ਲੱਤਾਂ ਟੁੱਟ ਗਈਆਂ, ਫਿਰ ਕੀ ਹੋ ਗਿਆ। ਲੋਕਾਂ ਨੇ ਆਪਣਾ ਇਤਿਹਾਸ ਤਾਂ ਦੇਖੋ, ਦਸਮ ਪਿਤਾ ਦਾ ਇਤਿਹਾਸ ਤਾਂ ਦੇਖੋ, ਮਾਤਾ ਗੁਜਰੀ ਦਾ ਇਤਿਹਾਸ ਤਾਂ ਦੇਖੋ, ਅਸੀਂ ਛੋਟੀ ਛੋਟੀਆਂ ਗੱਲਾਂ ਤੋਂ ਡਰੀ ਜਾਂਦੇ ਹਾਂ। ਉਹਨਾਂ ਨੇ ਤਾਂ ਆਪਦੇ ਸਾਰੇ ਪੁੱਤ ਮਾਰ ਦਿੱਤੇ, ਉਹ ਤਾਂ ਡਰਿਆ ਨਹੀਂ ਸੱਚ ਦੇ ਉੱਤੇ ਲੜਾਈ ਲੜਨ ਦੇ। ਅਸੀਂ ਸਾਡੇ ਜੀ ਚਪੇੜ ਮਾਰ ਦੂੰਗਾ, ਸਾਡੀ ਕੋਈ ਸ਼ਿਕਾਇਤ ਕਰ ਦੂੰਗਾ, ਸਾਡੇ ਝੂਠਾ ਪਰਚਾ ਦੇ ਦੂੰਗਾ, ਅਤੇ ਫਿਰ ਅਸੀਂ ਕਾਹਦੇ ਲਈ ਬੈਠੇ। ਮੈਂ ਵਾਅਦਾ ਕਰਦਾ, ਮੈਂ ਆਪਦੀ ਵਰਦੀ ਨਾਲ ਵਫਾਦਾਰੀ ਕਰਦਾ, ਮੇਰੇ ਕੋਲ ਕੋਈ ਝੂਠਾ ਪਰਚਾ ਆਊਗਾ, ਜਿਹੜਾ ਵੀ ਪੁਲਿਸ ਮੁਲਾਜ਼ਮ
झूठा परचा दूंगा एक महीने के अंदर अंदर उस सलाखा के पिछे ही हो। मैं पब्लिकली तुम्हें दस के चलिया कोई नशे की तुम्हें कोई आवे असी जी नशे की शिकायत कर गए सी सानू भी उल्टा परचा दे दिता साडे डीएसपी साहब बैठे ने साडे एसपी साहब बैठे ने इन्हां दे सामने मैं कह के चलिया दोनों तीनों एसएचओ इत्थे ने परचा को जे कोई शिकायत हाँ शिकायत कोई करता है उसकी वेरीफिकेशन करना साडा फर्ज हुंदा है। कई बार जो दिखता हुंदा है वह सच नहीं भी हुंदा जुड़ी नहीं कि जो दिख रहा है किसी के गड्डी कोई चीज रख दी जाती है। हाँ मैं ये भी गल इतने क्लीयर करना चाहना हर पुलिस अफसर पैसे नहीं लगता हर पुलिस अफसर बेईमान नहीं ये दुनिया चलती पई है तो इस तरह नहीं कि बेईमान ज्यादा ने इस करके चलती पई है कि ईमानदार ज्यादा ने। तुसी जे सोसाइटी कदर कीमत है तो तलाक बड़े होंगे ने तो लोग विआह कराना छड़ दें पर तलाक की जिहड़ी दर हैगी बहुत घट है हिंदुस्तान के ज्यादातर मैरिज सक्सैसफुल ने। असी सारे चोर नहीं मैं चोर नहीं मैं तुम्हें कह सकता मैं चोर नहीं जिधर तुम मैं प्रूव कर दिता कि मैं एक रुपया इतने रिश्वत का लैके गया फिरोजपुर मैं नौकरी इतों बदली नहीं नौकरी छड़ांगा एक बंदा आगे कह दे कि मैं उसके दफ्तर के पानी का गिलास भी पा के गया। मैं उ चाहूंगा कि मेरा कोई भी पुलिस अफसर भावें सिपाही है इतने आके मैं जनता ने दसिया कोई इतने मुंशी है इन्ने सालों तो है इतों मैं जाऊँगा उसका तबादला मैनू पता मैं कितने करना मैनू पता मैं करके जाऊँगा इतों जाऊँगा दस्ते च ऑर्डर करके जाऊँगा तुहानू अगे आना चाहिए ए करके तो घर उजड़ जाएंगे 1300-1700 पुलिस अफसर है इतने 1715 लाख का नशा नहीं खत्म कर सकूगा यह भी मैं तुहाडे नाल गल करनी चाहना तुहानू ही अगे आना पैना सारे अगे आना पैना हर एक वर्ग नूं अगे आना पैना नंबरदार चौकीदार सरपंच अपना जिहड़ा इत्थे कोई PDO है कोई BLO है आंगनवाड़ी भैणा ने तो वाटी कढ़े पए है इस गल नूं मैं मेरा सिर झुकदा इन्हां दे साडे बंदे मैं फिर कहना इस जिहड़े कहिंदे आ इतिहास कहिंदे आ पंजाब दे जम्मे नूं नित महिमा ते साडे की बंदिआं नूं की होया अज तक हरी सिंह नलवा भी तो इसे धरती का सी महाराज रणजीत सिंह अमेरिका ते रूस वर्गियां ताकतां अफगानिस्तान उत्ते राज नहीं कर सकियां महाराज रणजीत सिंह ने इत्थों बह के लाहौर तों बह के अफगानिस्तान उत्ते फतह कीती किहनां दे सिर ते अपने पूर्वजां दे सिर ते अपने ही प्यो पादादे पुरखा होने हैं जिहड़े उहनां नाल जाके लड़े अज असीं घरां च बह गए सानू जी कोई चपेड़ मार दूगा साडे ते कोई परचा करवा दूगा साडी कोई लत तोड़ दूगा ते जिहड़े बंदे शहीद हो गए उहनां दे शहीदियां दा फिर असीं 23 साल की उम्र च की लोड़ सी भगत सिंह नूं फांसी दे झूल जाण दी। इस मुल्क लई जिथे पुलिस भी चोर होवे जिथे प्रशासन चोर होण लोकी उह कहिंदे आ कहना नहीं मैनूं चाहीदा पंजाबी विच कहिंदा कुत्ती चोर नाल रल गई जिहड़ी राखी है उही चोरां नाल रले पए आ ते फिर राखी कौन करदा पर साडा सारिआं दा फर्ज बनदा है सारिआं दा असीं तां मुनकर ही नहीं मैं तां आपदी गल तां करदा ही पिआ मैं तां तुहाडे अगे सिर झुकाना है शीशा तुसीं दिखाया असीं आपदे आपदे नींद तो उठे हैं हो सकदा कुंभकर्णी नींद विच होईए हो सकदा असीं आप एक सब्ज बाग दिखा रहे होईए हकीकत जमीनी हकीकत एक एक पिंड 600 पिंड हैगा इस फिरोजपुर दे और एक एक पिंड जावांगा 3 महीने रहा तो सारे 600 पिंड मैं गाऊंगा एक एक समगलर की लिस्ट बनाऊंगा देखूंगा कि सारे समगलर पिछे जान जड़ी गल तुसी कीती कि शराब तो नशा हुंदा है ब्रांचा हुंदी है DC साहब बैठे ने असी मोटे तो मोटे इन्होंने कहा कि मेरा हरमन प्यारा दोस्त ये मेरे बहुत वड्डे ने बहुत सत्कारयोग ने DC एक जिले का धुरा हुंदा है मैं इन्हों विश्वास दवाना जिस टाइम पर अद्धी रात तक मैनू आवाज देंगे मैं इन्हों के दरवाजे पर खड़ा होऊंगा नशे दे मुहिम दे विरुद्ध होर मैं तुहानू की धन्यवाद करा धन्यवाद कुछ नहीं मैनू जे मैनू इत्थे सेवा करन दा मौका मिलिया दो महीने इसे हाल के मैं दोबारा तुहाडे कोल आऊंगा मैं देखूंगा किन्नी जनता आई जे इस तो तिगनी जनता आई तो मैं पास है नहीं तो मैं आपदे आप नू फेर समझांगा फिर मैं होर मेहनत करने की कोशिश करा धन्यवाद जी साहिब।